ਦੇਣ ਵਾਲਿਆ ਸਭ ਨੂੰ ਅਕਲ ਦੇਵੀ ਬਿਨਾਂ ਅਕਲ ਤੋਂ ਮਰਦ ਹਵਾਨ ਵੇਖੇ ਦੇਣ ਵਾਲਿਆ ਸਭ ਨੂੰ ਅਕਲ ਦੇਵੀ ਬਿਨਾਂ ਅਕਲ ਤੋਂ ਮਰਦ ਹਵਾਨ ਵੇਖੇ ਇੱਥੇ ਹੁਸਨ ਦੇ ਬਾਦਸ਼ਾਹ ਹੋ ਗੁਜਰੇ ਯੂਸਫ ਜਹੇ ਸੋਹਣੇ ਤੇ ਸੁਲੇਮਾਨ ਵੇਖੇ ਓ ਤਖਤ ਜਿੰਨਾ ਦੇ ਉੱਡਣ ਆਕਾਸ਼ ਉੱਤੇ ਤਖਤ ਜਿੰਨਾ ਦੇ ਉੱਡਣ ਆਕਾਸ਼ ਉੱਤੇ ਡਿੱਗੇ ਫਰਸ਼ ਤੇ ਉਹ ਇਨਸਾਨ ਵੇਖੇ ਜਰਨੈਲ ਸਿੰਘਾ ਨਹੀਂ ਤੋਰ ਘੁਮਾਣ ਚੜਦਾ ਇੱਥੇ ਮਿਲੇ ਨਮਾਣਿਆ ਮਾਨ ਵੇਖੇ ਇੱਥੇ ਮਿਲੇ ਨਮਾਣਿਆ ਮਾਨ ਵੇਖੇ ਉਸ ਮਿਸਤਰੀ ਬੜੀ ਕਮਾਲ ਕੀਤੀ ਤੇ ਪੁਤਲਾ ਸਾਜਿਆ ਜਿਨੇ ਇਨਸਾਨ ਗਾਏ ਕੋਈ ਆਖਦਾ ਇਸ ਵਿੱਚ ਰੱਬ ਰਹਿੰਦਾ ਤੇ ਕੋਈ ਆਖਦਾ ਕਰ ਸ਼ੈਤਾਨ ਦਾਏ ਕੋਈ ਆਖਦਾ ਮਿੱਟੀ ਦੀ ਮੁੱਠ ਹੈ ਤੇ ਕੋਈ ਆਖਦਾ ਰੂਪ ਭਗਵਾਨ ਦਾਏ ਕੋਈ ਨਹੀਂ ਕਿਸੇ ਨੂੰ ਪਤਾ ਜਰਨੈਲ ਸਿੰਘਾ ਤੇ ਕਰਨ ਵਾਲਾ ਹੀ ਸਭ ਕੁਝ ਜਾਣਦਾ ਏ ਕਰਨ ਵਾਲਾ ਹੀ ਸਭ ਕੁਝ ਜਾਣਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਖਤਰ ਬਹੁਤ ਸਤਿਕਾਰਯੋਗ ਨਗਰ ਨਿਵਾਸੀ ਇਲਾਕਾ ਨਿਵਾਸੀ ਗੁਰੂ ਸਵਾਰਿਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਵੰਝ ਆਣਾ ਰਹੇ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਸਰਬੱਤ ਮਾਈ ਭਾਈ ਦੋਵੇਂ ਹੱਥ ਜੋੜ ਕੇ ਭਾਵਨਾ ਦੇ ਨਾਲ ਦੋ ਵਾਰ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਕੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖਾਂ ਦੀ ਯਾਦ ਅੰਦਰ ਜੁੜਿਓ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਮਾਜ ਨੂੰ ਕੌਮ ਨੂੰ ਆਪਣੇ ਇਲਾਕੇ ਨੂੰ ਸਰਹਾਲੀ ਨਗਰ ਇਹ ਸਦਵੰਦਾ ਹੀ ਸੰਤਾਂ ਦਾ ਹੈ ਕਿਉਂਕਿ ਇਹ ਹੀਰਿਆਂ ਦੀ ਖਾਨ ਹੈ ਜਿਨ੍ਹਾਂ ਬੰਦਗੀ ਕਰਕੇ ਬ੍ਰਹਮ ਗਿਆਨੀਆਂ ਦੇ ਮੁਕਾਮ ਹਾਸਲ ਕੀਤੇ ਬਹੁਤ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ
संत बाबा तारा सिंह साहब जी सरहाली साहब वाले बड़िया प्रणालियां ने सेवा दिया जो गुरुद्वारियां दी सेवा विच जुटिया ने वड़ा माण सरहाली वाली संपर्दा टकसाल नूं मिलदा है। इतिहासक गुरुद्वारियां दा निर्माण करना नाल दी नाल वड़े वड़े स्कूल कॉलेज चंगी असारू एजुकेशन बच्चों नूं देण वास्ते कौम दी पनीरी दा भविख सवारन वास्ते इस टकसाल ने बनाए और जिन्हां तों असीं लाभ प्राप्त कर रहे हां उन्हां महापुरखां दे दरों वरसाए होए आदरणीय माणयोग जथेदार संत बाबा सुखा सिंह साहब जी सरहाली साहब जिन्हां दे उदम उपराले दा सदका शब्द गुरु ग्रंथ साहिब महाराज जी दे चरणां दा आसरा तक अज महान गुरमत समागम सचखंड वासी महापुरख संत बाबा राम सिंह साहब जी उन्हां दी याद दे अंदर अलीकिया और निभाया जा रहा है। बहुत कुछ तुसा पहलो सरवण किया है। मैं अपने समय विच रह के अपनी गल आप जी दे कर कमलों च रखण दा यतन करांगा। समा भावें घट है पर मैं कोशिश करनी है जिन्ना कुछ वध मैं कह सकिया मेरा यतन होगा तुहानू अपने वड वडेरियां दे सिरजे इतिहास नाल जोड़ के तुहाडी खुशी ते असीस दा पात्र बना। माण भेजा वीरां ने चमकौर सिंह सहावा स्वर्गीय ज्ञानी जरनैल सिंह सभरावा उन्हां दे नां तों जथे दी चढ़दी कला लई माया भेजदा है। मास्टर हरजीत सिंह जी माया भेजदे आ। दलबाग सिंह कवीशर सरहाली उन्हां वल्लों संत बाबा तारा सिंह साहब जी आदरणीय महापुरखां नूं याद करदिआं प्यार भेजिआ है। नाल ही स्वर्गीय ज्ञानी जरनैल सिंह सभराव दी याद अंदरों माया अरदास करवांदा है। करणजीत सिंह रत्तू के साडे छोटे वीर उन्हां वल्लों भी माया हाजर है। बहुत बहुत धन्नवाद करदा जगबाणी अखबार दे वीर इत्थे पहुंचे ने प्रेस रिपोर्टर उन्हां वल्लों भी प्यार ते उन्हां दा बहुत बहुत धन्नवाद करदा क्योंकि मीडिया तों बिना गल ही नहीं अगे तुरदी योगदान दा। सो बनदा योगदान पा रहे ने अज दे इस कारज नूं होर ज्यादा रंग देण लई और लोकां विच रखण लई। सभरावां दी संगत वल्लों मान है क्योंकि उन्हां दा आपदा जथा है। ये भी नगर साडा अपना ही है। प्यार है संगत नाल जिथे लोग याद करदे आ भावना दे नाल गुरु दर दा सेवादार पहुंच के संगत दे चरणां दे जोड़े झड़दा। ਮੈਤੀ ਵਾਲਿਆਂ ਦੇ ਜਥੇ ਪਾਸੋਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਤੁਸੀਂ ਸੁਣਿਆ ਹੈ। ਸ਼ੇਰੇ ਪੰਜਾਬ ਦਾ ਅੰਤਮ ਸਮਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਕੰਮ ਦੇ ਜਰਨੈਲ ਸਨ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਸ਼ਾਮ ਸਿੰਘ ਅਟਾਰੀ ਵਾਲੇ ਸਰੀਰ ਕਰਕੇ ਜਦੋਂ ਨਾ ਰਹੇ ਲਾਹੌਰ ਦਰਬਾਰ ਅੰਗਰੇਜ਼ਾਂ ਦਾ ਗੁਲਾਮ ਬਣ ਗਿਆ। ਵੇਖੋ ਜਿਹੜੀ ਕੌਮ ਹਾਰਦੀ ਹੈ ਨਾ ਉਹਦਾ ਝੰਡਾ ਲਾਉਣ ਵਾਲੇ ਸਤਿਕਾਰ ਨਾਲ ਲਾਉਂਦੇ ਆ ਪਰ ਹਕੀਕਤ ਹੈ ਕਿ ਮੈਂ ਸਮਝਦਾ ਹੈ ਸਿੱਖ ਕੌਮ ਦੇ ਨਾਲ ਇਹਦੋਂ ਵੱਡਾ ਧੱਕਾ ਕੀ ਹੋ ਸਕਦਾ ਵੀ ਲਾਹੌਰ ਦੇ ਕਿਲੇ ਤੇ ਝੁਲਦਾ ਹੈ ਖਾਲਸਾ ਹੀ ਝੰਡਾ ਉਹ ਤੋਪ ਦੇ ਗੋਲੇ ਨਾਲ ਅੰਗਰੇਜ਼ਾਂ ਨੇ ਉਡਾ ਦਿੱਤਾ। ਜਿਹੜੀ ਕੌਮ ਨੂੰ ਮਾਰਨਾ ਹੋਵੇ ਨਾ ਤੇ ਵਿਰੋਧੀ ਤਾਕਤਾਂ ਖੁਰਾਕ ਪੋਸ਼ਾਕ ਤੇ ਇਤਿਹਾਸ ਇਹ ਤਿੰਨ ਚੀਜ਼ਾਂ ਉਹਦੀਆਂ ਵਿਗਾੜ ਦਿੰਦੀਆਂ। ਅੰਗਰੇਜ਼ਾਂ ਨੇ ਵੀ ਇਹੋ ਕੁਝ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਾ ਹਾਲਾਤ ਕਿਹੋ ਜਿਹਾ ਬਣਿਆ ਔਰ ਉਹਨਾਂ ਨੇ ਸਾਨੂੰ ਧਰਮ ਨਾਲੋਂ ਤੋੜਨ ਵਾਸਤੇ ਕੀ ਕੁਝ ਸਾਡੇ ਗੁਰਦੁਆਰਿਆਂ ਦੇ ਅੰਦਰ ਕਰਵਾਇਆ ਉਹ ਤਸਵੀਰ ਵਿੱਚੋਂ ਮੈਂ ਨਨਕਾਣਾ ਸਾਹਿਬ ਦਾ ਲਹੂ ਭਿੱਜਾ ਪੰਨਾ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ। ਵੇਖੋ ਅਦਾਸੀ ਪ੍ਰਣਾਲੀ ਦਾ ਇੱਕ ਮਹੰਤ ਹੈ ਨਰਾਇਣ ਦਾਸ ਜਿਹਦੇ ਕੋਲੇ ਸੇਵਾ ਹੈ ਨਨਕਾਣਾ ਸਾਹਿਬ ਦੇ ਗੁਰਦੁਆਰੇ। ਬਹੁਤ ਵੱਡੀ ਜਗੀਰ ਸੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਨਾਲ। ਇਹ ਜਗੀਰ ਕਦੇ ਇਤਿਹਾਸ ਵਾਚ ਕੇ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਤ ਦੇ ਸ਼ਰਧਾਲੂ ਰਾਏ ਬਲਾਰ ਨੇ ਇਹ ਜ਼ਮੀਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਲਾਈ ਤੇ ਮੁੜ ਕੇ ਨਨਕਾਣਾ ਸਾਹਿਬ ਦੇ ਨਾਲ ਲੱਗ ਗਈ। 750 ਮਰੱਬਾ ਜ਼ਮੀਨ ਦਾ ਬਣਦਾ ਤੇ ਜਿਹੜੇ ਬੰਦੇ ਨੂੰ 50 ਕਿੱਲਿਆਂ ਦੀ ਆਮਦਨ ਹੋਵੇ ਉਹ ਮਾਣਨੀ ਤੇ ਜਿਹੜੇ ਮਹੰਤ ਨੂੰ 750 ਮਰੱਬੇ ਜ਼ਮੀਨ ਦੀ ਆਮਦਨ ਹੋਏਗੀ
ਉਹਦਾ ਦਿਮਾਗ ਵਿਗੜਨਾ ਇੱਕ ਸੁਭਾਵਿਕ ਗੱਲ ਹੈ, ਮਾਇਆ ਵਾਧੂ ਹੈ। ਮਤ ਮਾਰੀ ਗਈ ਤੇ ਨਾਰਾਇਣ ਦਾਸ ਨੇ ਵੱਡੇ ਵੱਡੇ ਪਾਪ ਨਨਕਾਣਾ ਸਾਹਿਬ ਦੇ ਇਸ ਪਵਿੱਤਰ ਗੁਰਦੁਆਰੇ ਦੇ ਅੰਦਰ ਕਰਨੇ ਸ਼ੁਰੂ ਕੀਤੇ। ਆਓ ਤੱਕੀਏ, ਅੰਗਰੇਜ਼ਾਂ ਦਾ ਰਾਜ ਹੈ, ਮਹੰਤਾਂ ਦਾ ਕਬਜ਼ਾ ਹੈ ਗੁਰਦੁਆਰਿਆਂ ਤੇ, ਨਾਰਾਇਣ ਦਾਸ ਨਨਕਾਣਾ ਸਾਹਿਬ ਦੇ ਅੰਦਰ ਬੈਠਾ ਕੀ ਕੁੱਝ ਕਰਦਾ। ਇੱਥੋਂ ਮੈਂ ਪ੍ਰਕਰਨ ਦੀ ਆਰੰਭਤਾ ਕਰਨੀ ਚਾਹੁੰਦਾ ਹੈ। ਤੱਕੀਏ ਜ਼ਰਾ ਉਸ ਵਕਤ ਦੇ ਹਾਲਾਤ, ਸਭਰਾਈਆਂ ਦਾ ਜਥਾ ਕਿਉਂ ਬਿਆਨ ਕਰ ਰਿਹਾ। ਜਿੱਥੇ ਪ੍ਰਗਟ ਸਤਿਗੁਰ ਹੋਏ ਧੋਣਿਆ ਕੁਦਰਤ ਨੇ ਧੋਏ, ਸੀਤਲ ਮੰਡੀ ਰਾਏ ਹੋਏ ਅੱਜ ਕੱਲ ਜੋ ਨਨਕਾਣਾ ਜੀ ਮਾਰੀ ਮਤ ਟੁੱਟਣ ਨਿਤ ਸਤ ਚ ਫੇਰੇ ਹੁੰਦਾ ਹੈ। ਚਰਚਾ ਵੇਖੋ ਸਾਧਕ ਕਰਮੀ ਦਾ ਅਜਾਸੀ ਜਿਹੜੇ ਲੱਗੇ ਕਰਨ ਅਜਾਸੀ ਜਾਂਦੇ ਜਿਹੜੇ ਵੀ ਅਬਲਾਖੀ ਉੱਥੇ ਦਰਸ਼ ਦੀਦਾਰ ਨੂੰ ਚੜਿਆ ਚੰਦ ਤੇ ਜੁੜ ਗਈ ਗੰਦ ਭੁੱਬਾਂ ਨਿਕਲ ਗਈਆਂ ਵੇਖ ਵੇਖ ਕੇ ਅਤਿਆਚਾਰ ਨੂੰ। ਜਿੱਥੇ ਪ੍ਰਗਟ ਸਤਿਗੁਰ ਹੋਏ ਧੋਣੇ ਆ ਕੁਦਰਤ ਨੇ ਧੋਏ, ਸੀਤਲ ਮੰਦੀ ਰਾਏ ਪੋਏ ਅੱਜ ਕੱਲ ਜੋ ਨਨਕਾਣਾ ਜੀ ਮਾਰੀ ਮਤ ਚੁੱਕ ਲਈ ਆਤਾ ਮਹੰਤ ਨਰੈਣੂ ਨੇ ਪਾਪ ਕਰੇ ਚਰਵਾਣਾ ਜੀ ਹੋਇਆ ਥਾਪੇ ਮੰਤ ਅਦਾਸੀ ਜਿਹੜੇ ਲੱਗੇ ਕਰਮ ਅਜਾਸੀ ਜਾਂਦੇ ਜਿਹੜੇ ਵੀ ਅਬਲਾਖੀ ਉੱਥੇ ਦਰਸ਼ ਦੀਦਾਰ ਨੂੰ ਚੜਿਆ ਚੰਦ ਤੇ ਜੁੜ ਗਈ ਗੰਗ ਭੁੱਬਾਂ ਨਿਕਲ ਗਈਆਂ ਵੇਖ ਵੇਖ ਕੇ ਅਤਿਆਚਾਰ ਨੂੰ। ਪਾਪੀ ਰਜ ਰਜ ਪੀਣ ਸ਼ਰਾਬ ਨਾਲੇ ਰਜਮਾ ਖਾਣ ਕਬਾਬ ਥੱਲੇ ਧਰਮ ਤਿਆਗੀ ਲਾਜ ਫੜਿਆ ਲੜਦੇ ਸ਼ਰਮੀ ਦਾ ਲੈਂਦੀ ਪੱਤ ਟੁੱਟਣ ਨਿਤ ਸਤ ਚਫੇਰੇ ਹੁੰਦਾ ਹੈ। ਚਰਚਾ ਵੇਖੋ ਸਾਧਕ ਕਰਮੀ ਦਾ ਪਹੁੰਚਾ ਆਸਿਨ ਦੀ ਪਰਿਵਾਰ ਪਹੁੰਚਾ ਆਸਿਨ ਦੀ ਪਰਿਵਾਰ ਦਰਸ਼ਨ ਕਰਨੇ ਗੁਰ ਦਰਬਾਰ ਕੱਲਿਆ ਉਹਨਾਂ ਦੀ ਮਟਿਆਰ ਆ ਗਈ ਹੱਥ ਕਸਾਈਆਂ ਦੇ ਬੁੱਬਾ ਮਾਰੇ ਅਰਜ ਗੁਜ਼ਾਰੇ ਹੋਕੇ ਲੈਂਦੀ ਹੈ ਪਰ ਪਏ ਨਾ ਮੁੱਲ ਦਹਾਈਆਂ ਫਿਰ ਗਿਆ ਚਾਵਾ ਉੱਤੇ ਪਾਣੀ ਭੁੱਬੀ ਰੋਂਦੀ ਮਾਨ ਮਾਣੀ ਅੱਖਾਂ ਸਾਵੇਂ ਰੁਲੀ ਜਵਾਨੀ ਜਿਸ ਦੀ ਧੀ ਮਟਿਆਰ ਦੀ ਗੱਲ ਨਾ ਵਸਦੀ ਹੈ ਸੀ ਹੱਸਦੀ ਦੋ ਪਲ ਪਹਿਲਾਂ ਜੋ ਹੁਣ ਉੱਚੀ ਉੱਚੀ ਤਾਹਾਂ ਮਾਰਦੀ ਘਟਨਾ ਪਲ ਵਿੱਚ ਐਸੀ ਵਰਤੀ ਚੋਲੀ ਪੀਣਾ ਦੇ ਨਾਲ ਪਰਤੀ ਹਿੱਲੀ ਪੈਰਾਂ ਹੇਠੋਂ ਧਰਤੀ ਤੇ ਜਿਗਿਆ ਅਸਮਾਨ ਜੀ ਖੁਦ ਨੂੰ ਕੋਸੀ ਕਰਦਾ ਰੋਸੇ ਬਾਬਲ ਕੰਨਿਆ ਦਾ ਮੈਨੂੰ ਲੱਗਾ ਨੀਰ ਮਹਾਨ ਜੀ ਵਾਪਰ ਚੰਬਲ ਗਈਆਂ ਮੰਤ ਬਲਾਵਾਂ ਸਾਡੇ ਗੁਰੇ ਅਸਥਾਨਾਂ ਨੂੰ ਚੜਤਨ ਰਾਲੀ ਵੀਰ ਅਕਾਲੀ ਮਰਦ ਜਸ਼ੀਲੇ ਜੋ ਲੱਗੇ ਦੇਵਣ ਸਖਤ ਬਿਆਨਾਂ ਨੂੰ ਜ਼ਿੰਮੇਵਾਰਾ ਕੱਠ ਬੁਲਾਇਆ ਕਹਿੰਦਾ ਅਮਰ ਹਮਤਾ ਪਿਕਾਇਆ ਡੇਰਾ ਜੈ ਨਨਕਾਣੇ ਲਾਇਆ ਜੇ ਰੋਕਣਾ ਹਾਨੀ ਨੂੰ ਮਹੰਤ ਬਜਾਉਣਾ ਬੌਂਸਰ ਲਾਉਣਾ ਧਰਮ ਅਵਾਰਨ ਲਈ ਕਰ ਵੱਡੀ ਕੁਰਬਾਨੀ ਨੂੰ ਪੱਕੋ ਪੁਰੀ।
ਕਵੀਸ਼ਰ ਸਿੰਘਾਂ ਵੱਲੋਂ ਮਾਣ ਪਹੁੰਚਿਆ ਚੜ੍ਹਦੀ ਕਲਾ ਦੀ ਅਰਦਾਸ ਕਰਦਾ। ਹੋਰ ਬਜ਼ੁਰਗਾਂ ਵੱਲੋਂ ਅਸੀਸ ਆਈ ਹੈ। ਬਾਪੂ ਗੁਰਦਿਆਲ ਸਿੰਘ ਜੀ ਦਾਦੂਪੁਰ 50 ਦਮੜੇ ਭੇਜਦੇ ਆਏ, ਨਾਲੇ ਉਹਨਾਂ ਦੀ ਸਿਫਾਰਿਸ਼ ਹੈ ਵੀ ਤੈਨੂੰ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ ਇਹ ਕਵਿਤਾ ਪੜ੍ਹੀ ਜਾਏ। ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਮੇਰੀ ਇੱਛਾ ਤੇ ਹੈ ਵੀ ਜਿਹੜਾ ਇਤਿਹਾਸ ਮੈਂ ਆਰੰਭਿਆ ਹੈ ਸਮਾਂ ਭਾਵੇਂ ਬਹੁਤ ਘੱਟ ਹੈ ਪਰ ਕਰਨ ਦੇ ਮੁਤਾਬਕ, ਪਰ ਮੈਂ ਇਹਨੂੰ ਮੂਲ ਰੂਪ ਵਿੱਚ ਆਪ ਜੀ ਦੇ ਸਾਹਮਣੇ ਰੱਖ ਕੇ ਅਸੀਸ ਲੈਣੀ ਚਾਹੁੰਦਾ ਹਾਂ। ਢਾਡੀ ਗਿਆਨੀ ਲਖਬੀਰ ਸਿੰਘ ਸਾਹਿਬ ਉਹਨਾਂ ਦੇ ਨਾਂ ਤੋਂ ਭੈਣਾਂ ਵੱਲੋਂ ਮਾਇਆ ਪਹੁੰਚੀ ਹੈ। ਬਹੁਤ ਬਹੁਤ ਧੰਨਵਾਦ ਕਰਦੇ। ਜਥੇਦਾਰ ਹਰਭਜਨ ਸਿੰਘ ਜੀ ਸਾਡੇ ਸਭਰਾਵਾਂ ਵਾਲੇ, ਬਾਬਾ ਭਜਨ ਸਿੰਘ ਜੀ ਉਹਨਾਂ ਵੱਲੋਂ ਵੀ ਪਿਆਰ ਪਹੁੰਚਿਆ। ਮਹਾਂਪੁਰਖਾਂ ਦੇ ਨਾਲ ਅੰਤਾਂ ਦਾ ਉਹਨਾਂ ਦਾ ਮੋਹ ਹੈ ਗੁਰੂ ਜੀ ਚੜ੍ਹਦੀ ਕਲਾ ਕਰਨ। ਜਥੇਦਾਰ ਅਮਰੀਕ ਸਿੰਘ ਜੀ ਮਾਇਆ ਅਰਦਾਸ ਕਰਵਾਉਂਦੇ ਨੇ। ਬਹੁਤ ਬਹੁਤ ਧੰਨਵਾਦ ਕਰਦਾ, ਸਾਰਿਆਂ ਦੀ ਕਦਰ ਕਰਦਾ। ਜੀਓ ਆਇਆਂ ਗੁਰੂ ਜੀ ਖਜ਼ਾਨੇ ਭਰਪੂਰ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀਆਂ ਦਾਤਾਂ ਦੇ ਕੇ ਨਿਵਾਜਣ। ਆਓ ਤੁਸੀਂ ਸੁਣ ਲਿਆ ਵੀ ਮਹੰਤ ਆਜਾਸ਼ ਹੋ ਗਿਆ, ਇਨਸਾਨ ਵਿਗੜਿਆ, ਸਾਂਭਿਆ ਜਾ ਸਕਦਾ ਹੈ ਪਰ ਜੇ ਮਹੰਤ ਵਿਗੜ ਜਾਏ ਉਹਨੂੰ ਸਾਂਭਣਾ ਔਖਾ ਹੈ। ਦੂਜੀ ਗੱਲ ਇਹ ਆ ਵੀ ਅੰਗਰੇਜ਼ ਸਰਕਾਰ ਉਹਦੀ ਕੰਡ ਤੇ ਖਲੋਤੀ, ਅੰਗਰੇਜ਼ਾਂ ਦੀ ਬਹੁਤ ਵੱਡੀ ਤਾਕਤ ਸੀ। ਗੁਰਦੁਆਰੇ ਸਿੱਖਾਂ ਦੇ ਆ, ਸਿੱਧੇ ਅਸਿੱਧੇ ਢੰਗ ਨਾਲ ਚੱਲਦੀ ਅੰਗਰੇਜ਼ਾਂ ਦੀ, ਇੱਥੋਂ ਤੱਕ ਹਰਿਮੰਦਰ ਸਾਹਿਬ ਦੇ ਅੰਦਰ ਜਿਹੜੇ ਪੁਜਾਰੀ ਹੈ ਉਹਨਾਂ ਤੋਂ ਵੀ ਅੰਗਰੇਜ਼ ਜੋ ਚਾਹੁੰਦਾ ਉਹ ਕਰਵਾਉਂਦਾ, ਇਤਿਹਾਸ ਗਵਾਹੀ ਦਿੰਦਾ। ਆਪਾਂ ਪੜ੍ਹਦੇ ਹਾਂ ਜਲਿਆਂ ਵਾਲੇ ਬਾਗ ਦਾ ਲਹੂ ਭਿੱਜਾ ਸਾਕਾ, ਜਿਹਦੇ ਅੰਦਰ ਆਪਣੇ ਹੱਕ ਮੰਗਦੇ ਨਿਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ, ਔਰ ਉਸ ਗੋਲੀਆਂ ਚਲਾਉਣ ਵਾਲੇ ਨੂੰ ਸਰਬਰਾਹਾਂ ਨੂੰ ਕਹਿ ਕੇ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਤੋਂ ਸਰੋਪਾ ਦਵਾਇਆ ਗਿਆ। ਵੇਖੋ ਜਿਹੜਾ ਕੌਮ ਦਾ ਕਾਤਲ ਹੈ, ਜਿਹੜਾ ਹਿੰਦੁਸਤਾਨੀਆਂ ਦਾ ਨੁਕਸਾਨ ਕਰਦਾ ਜਾਨੀ ਤੌਰ ਤੇ, ਉਹਨੂੰ ਹਰਿਮੰਦਰ ਸਾਹਿਬ ਦੇ ਪੁਜਾਰੀ ਅੰਗਰੇਜ਼ ਦੇ ਰਾਜ ਵਿੱਚ ਉਹਦੇ ਗਲ ਵਿੱਚ ਸਰੋਪਾ ਪਾ ਕੇ ਉਹਦਾ ਸਨਮਾਨ ਕਰਦੇ। ਇਹ ਸੰਕੇਤ ਨੇ ਵੀ ਗੁਰਦੁਆਰੇ ਸਿੱਖਾਂ ਦੇ ਨਾਮ ਦੇ ਰਹਿ ਗਏ, ਚੱਲਦੀ ਉੱਥੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਜ਼ਾਲਮ ਅੰਗਰੇਜ਼ਾਂ ਦੀ। ਇਹ ਜਿਹੜੇ ਮਹੰਤ ਨੇ ਉਦਾਸੀ, ਇਹਨਾਂ ਵਿੱਚੋਂ ਨਰਾਇਣ ਦਾਸ ਨਨਕਾਣੇ ਬਹਾਦਰ ਔਰ ਆਖਿਆ ਵੀ ਸਾਡੇ ਇਸ਼ਾਰੇ ਤੇ ਤੈਨੂੰ ਚੱਲਣਾ ਪਵੇਗਾ, ਔਰ ਜੋ ਅੰਗਰੇਜ਼ ਦੀ ਚਾਲ ਹੈ ਉਹਦੇ ਮੁਤਾਬਕ ਉਹਨੇ ਆਪਣੀਆਂ ਕਾਰਵਾਈਆਂ ਨਨਕਾਣਾ ਸਾਹਿਬ ਦੇ ਅੰਦਰ ਕਰਨੀਆਂ ਸ਼ੁਰੂ ਕਰ ਦਿੱਤਾ। ਵੇਖੋ ਨਨਕਾਣਾ ਉਹ ਮੁਕੱਦਸ ਥਾਂ ਹੈ ਜਿੱਥੇ ਬਾਬੇ ਨਾਨਕ ਨੇ ਪ੍ਰਗਟ ਹੋ ਕੇ 70 ਸਾਲ 5 ਮਹੀਨੇ 3 ਦਿਨ ਮਾਨਵਤਾ ਦੇ ਕਲਿਆਣ ਲਈ ਜ਼ਿੰਦਗੀ ਦੇ ਨਿਸ਼ਾਵਰ ਕਰ ਦਿੱਤੇ। ਜਦੋਂ ਕਿਤੇ ਲੋਕ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਸਨ, ਕੋਈ ਕਹਿੰਦਾ ਨਰਕ ਦੀ ਨਿਸ਼ਾਨੀ ਹੈ, ਕੋਈ ਕਹਿੰਦਾ ਗੁਲਾਮੀ ਦੀ ਨਿਸ਼ਾਨੀ ਹੈ, ਤਰ੍ਹਾਂ ਤਰ੍ਹਾਂ ਦੇ ਅਪਮਾਨ ਜਨਕ ਸ਼ਬਦ ਔਰਤ ਲਈ ਵਰਤੇ ਜਾਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਤੇ ਉਹਨਾਂ ਉੱਥੋਂ ਹੋਕਾ ਦਿੱਤਾ ਸੱਚ ਦਾ, ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਬਾਬਾ ਨਾਨਕ ਬੋਲਿਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਜਿਹੜੀ ਧਰਤੀ ਤੇ ਬਾਬਾ ਪ੍ਰਗਟ ਹੋਇਆ ਤੇ ਉਹਨੇ ਔਰਤ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ, ਰਾਜਿਆਂ ਮਹਾਰਾਜਿਆਂ ਦੀ ਜਨਮਦਾਤੀ ਦਾ ਅਪਮਾਨ ਨਾ ਕਰੋ, ਤੇ ਉਸੇ ਬਾਰਗਾਹ ਦੇ ਅੰਦਰ ਜਦੋਂ ਨਰਾਇਣ ਦਾਸ ਕਾਬਜ ਹੋ ਗਿਆ ਫਿਰ ਇੱਕ ਦਿਨ ਵਿੱਚ 5-5 ਬੀਬੀਆਂ ਦਾ ਧਰਮ ਤੋੜਿਆ ਗਿਆ। ਕਹਿੰਦੇ ਇੱਕ ਸਿੰਧੀ ਜੱਜ ਆ ਗਿਆ ਦਰਸ਼ਨ ਕਰਨ ਲਈ, ਉਹਦੀ ਜਵਾਨ ਪੁੱਤਰੀ ਉਹਦੇ ਨਾਲ। ਵੇਖੋ ਮਾਪੇ ਗੁਰਦੁਆਰੇ ਆਉਂਦੇ ਆ, ਭਾਵਨਾ ਕੀ ਹੋਏਗੀ, ਪਰ ਉਸ ਸਿੰਧੀ ਜੱਜ ਦੀ ਜਵਾਨ ਬੱਚੀ ਦੇ ਸਿਰ ਦਾ ਲੀੜਾ ਜ਼ਾਲਮ ਨਰਾਇਣ ਦਾਸ ਦੇ ਗੁੰਡਿਆਂ ਨੇ ਤੋਹ ਦਿੱਤਾ, ਬੇਪਤੀ ਕੀਤੀ। ਇਹ ਖਬਰਾਂ ਜੰਗਲ ਦੀ ਅੱਗ ਦੀ ਤਰ੍ਹਾਂ ਪੂਰੇ ਪੰਜਾਬ ਵਿੱਚ ਫੈਲੀਆਂ। ਉਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਵੀ ਵੱਜ ਗਿਆ ਹੈ, ਸੁੰਦਰ ਸਿੰਘ ਮਜੀਠਾ ਇਹਦਾ ਪ੍ਰਧਾਨ ਸੀ, ਹਰਬੰਸ ਸਿੰਘ ਅਟਾਰੀ ਵਰਗੇ ਕਿੰਨਾ ਨੇਕ ਪੁਰਖਾਂ ਦਾ ਮੈਂ ਜ਼ਿਕਰ ਕਰਾਂ ਜਿਨ੍ਹਾਂ ਨੇ ਤਨਦੇਹੀ ਦੇ ਨਾਲ ਗੁਰਦੁਆਰਾ ਪ੍ਰਬੰਧ ਸੁਧਾਰਨ ਵਾਸਤੇ ਵੱਡਾ ਯੋਗਦਾਨ ਪਾ ਕੇ ਕਮੇਟੀ ਸਥਾਪਿਤ ਕੀਤੀ, ਖੜੀ ਕੀਤੀ। ਅਕਾਲੀ ਦਲ ਦਾ ਮੁੱਢ ਵੀ ਵੱਜ ਗਿਆ। ਅਕਾਲੀ ਦਲ ਦਾ ਕਰਮ ਹੈ ਕਾਬਲ ਤੋਂ ਲੈ ਕੇ ਦਿੱਲੀ ਤੱਕ, ਜਿੰਨੇ ਗੁਰਦੁਆਰੇ ਉਹਨਾਂ ਦਾ ਪ੍ਰਬੰਧ ਵਿਗੜਿਆ ਹੈ ਉਹ ਭਾਵੇਂ ਕੁਰਬਾਨੀਆਂ ਕਰਕੇ ਹਾਸਲ ਕਰਨੇ ਪੈਣ, ਆਜ਼ਾਦ ਕਰਾਉਣੇ ਪੈਣ, ਉਹਨਾਂ ਦਾ ਪ੍ਰਬੰਧ ਮੁੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ। ਵੇਖੋ ਹਾਲਾਤ ਐਸੇ ਬਣ ਗਏ, ਨਰਾਇਣ ਦਾਸ ਪੁੱਜ ਕੇ ਆਜਾਸ਼ ਆਏ ਤੇ ਜਦੋਂ ਉਹਨੂੰ ਪਤਾ ਲੱਗਾ ਵੀ ਸਿੱਖਾਂ ਨੇ ਇੱਕ ਸੰਸਥਾ ਖੜੀ ਕਰ ਲਈ ਹੈ ਸ਼੍ਰੋਮਣੀ ਕਮੇਟੀ, ਤੇ ਉਹਨੇ ਅੰਦਰ ਖਾਤੇ ਚਿੱਠੀਆਂ ਲਿਖੀਆਂ ਕਿ ਮੈਨੂੰ ਇਹਦੇ ਵਿੱਚ ਬਤੌਰ ਮੈਂਬਰ ਸੇਵਾ ਦਾ ਮੌਕਾ ਦਿੱਤਾ ਜੇ। ਬਾਬਾ ਕਰਤਾਰ ਸਿੰਘ ਝੱਬਰ ਸੀ, ਉਹਨੇ ਆਖਿਆ ਨਰਾਇਣ ਦਾਸਾ ਤੂੰ ਪੁੱਜ ਕੇ ਆਜਾਸ਼, ਸ਼ਰਾਬ ਪੀਣ ਵਾਲਾ, ਮਾਸ ਖਾਣ ਵਾਲਾ ਔਰ ਔਰਤਾਂ ਦੇ ਸਿਰ ਤੋਂ ਚੁੰਨੀਆਂ ਧੋਣ ਵਾਲਾ, ਤੇਰੇ ਵਿੱਚ ਯੋਗਤਾ ਨਹੀਂ ਵੀ ਤੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਲਿਆ, ਤੇ ਮੈਨੂੰ ਮਾਫ਼ ਕਰਨਾ ਕਿ ਜਿਹੜੇ ਪਾਪ ਨਰਾਇਣ ਦਾਸ ਕਰਦਾ ਰਿਹਾ ਉਹਦੇ ਪਾਪ ਵੇਖ ਕੇ ਅਕਾਲੀ ਸਰਦਾਰਾਂ ਨੇ ਆਖਿਆ ਵੀ ਤੇਰੇ ਵਿੱਚ ਯੋਗਤਾ ਨਹੀਂ, ਤੈਨੂੰ ਮੈਂਬਰ ਨਹੀਂ ਲਵਾਂਗਾ, ਤੇ ਅੱਜ ਦੇ ਮੈਂਬਰ। ਵੇਖੋ ਵੱਡੇ ਵੱਡੇ ਬੰਦਾ ਪਾਪ ਕਰਦਾ ਤੇ ਛਾਤੀ ਤਣ ਕੇ ਕਹਿੰਦਾ ਮੈਂ ਜੀ ਵੀ ਜਥੇਦਾਰ ਸੁੱਚਾ ਸਿੰਘ। ਇਹ
इतिहास की तारीख है जिन्हों मैं तुहाडे सामने रख रहा हाँ। जेड़े पाप करन वाले लोगों नूं सिर ला के अकाली सरदारां ने कढ़िया है। अज वेखो असी मानसिक तौर ते इन्ने क नगार वल जा चुके हाँ। अज गुरुद्वारियां दा प्रबंध असी उन्हां हत्थां विच दिंदे जिहड़े नारायण दास नालों भी माड़े और वड्डे पाप करदे। गल्लां कौड़ियां ने पर कहणियां पैणियां ते सुणनियां पैणियां। अकाली सरदारां ने ऐलान कर दिता है कि असी सिर ला के ननकाणा आजाद करावांगे। मोर्चा अमन नाल चले गए भी ऐलान होया है कि मार्च के महीने अमन चैन नाल जाके ननकाने कब्जा करांगे, भावें तलवारां चलन ते भावें गोलियां चलन। वेखो जवानी जज्बाती होया करदी। जिहड़े गभरू मुंडे सन जिन्हां च करतार सिंह झब्बर ते बाबा लक्ष्मण सिंह धारोवालिया दा जिक्र आउंदा, जिहड़े असली अकाली है। अकाली ऐड़े तों शुरू हुंदा है। अकाली अकाल दा जिहड़ा पुजारी है उहदे वास्ते वरत्या जांदा है। ते मैनूं माफ करना भी जिहड़े इत्थे अकाली दे पुजारी है उह वी फीता लाई बैठे है भी सानूं अकाली होण ते माण है। वेखो अकाली होणा बहुत वड्डी गल है ते अकाली बनना कालख दा प्रतीक है। जदों मर्जी बन जाओ पाप करके। वेखो अकाली बनना ते बाबा करतार सिंह वर्गे बनना पैगा, बाबा लक्ष्मण सिंह वर्गे बनना पैगा, जिन्हां गुरुद्वारियां दे सत्कार हित और गुरु ग्रंथ साहिब महाराज दे सत्कार हित अपने शीस ला दित्ते ते जिन्हां दी अखां दे सामने गुरु दे अंग पाड़े होण ते उह बशर्मा वांगू कहिंदे फिरन कि जे तुहानूं लभदे आ दुखी असीं सजा दे दिंदे आ, ते फिर लाणत है ना छाती ते माण वाला फीता लाउण लई। गुरु कृपा करे सानूं सुमत सोझ आए, असीं अपने इतिहास तों कुछ सिखण दा यतन करिए। हिस्टरी प्रेरणा दिंदी है कि असीं देव ते बनिए। साडे पुरखियां ने की कुछ कीता गुरुद्वारियां दे अस्थाना वास्ते और गुरु ग्रंथ साहिब महाराज जी दे सत्कार दे वास्ते, वड्डी मिसाल है ननकाणे दा साकर। हुण बांके गभरूआं ऐलान कीता मार्च दूर है, आपां मोर्चा अध फरवरी विच ला देणा। बाबा करतार सिंह झब्बर प्रेरदा है और मुंडे गुट्टां ते मौत दे गाने बन के अकाली जथे दा हिस्सा बनदे है, जिन्हां ने शांतमई जाके शहादत दा बाटा बुल्लां नूं ला के छकणा है। मैदान विच नित्रिया बाबा लक्ष्मण सिंह धारोवालिया, इन्हें इशनान किया, सुचे वस्त्र पहने और गुरुद्वारा खरा सौदा साहब जिथे कदे वीहां दमड़ियां दा गुरु नानक साहिब महाराज ने भुखे साधुआं नूं लंगर छकाया। असीं हौली जी कह दिंदे आ भी महाराज ने 20 रुपईआं दा लंगर छकाया, पर कितने स्रोत पड़चोल के वेखो पुरातन युग दे उदों 1 रुपईए दा 3 मन पक्का अनाज बंदा मुल लै सकदा सी। अंदाजा लाओ 20 रुपईए ते 60 मन पक्का अनाज बनदा है ते किड्डा वड्डा लंगर गुरु नानक साहिब महाराज ने उहनां वास्ते लाया होवे। जे बाबे कालू ने गुरु नानक साहिब महाराज नूं झिड़किया जां चपेड़ मारी साडा इतिहास कहिंदा है, ते इत्थे इक दुनियावी तौर ते प्यो ने महसूस कीता भी बहुत वड्डी रकम है, पुत्तर अजाई गवा के आ गया। उत्थे गुरुद्वारा बन गया, नां रखिया खरा सौदा साहिब। बाबा लक्ष्मण सिंह धारोवालिया गया, पालिया गल विच पल्ला और अरदास कीती आ, हे दाता मैनूं बल बख्शिश करी, मैं ननकाणा साहिब दी आजादी वास्ते अपना सिर ला देवां। तको सोझ के अरदासा सूरमा लै के जथा ननकाणे वल नूं किवें तुरिया जांदा, आपां सूरमे दे दर्शन करिए। लक्ष्मण सिंह धारोवाल सिद्धकी सिंह लै के नाल मुखड़े ते खूब जलाल गुरु ग्रंथ ते दाता दार तुरे गुरधाम गुरधाम आजाद कराउणा सिर दीनत दे सरदार तुरे गुरधाम सिद्धकी सिंह लै के नाल मुखड़े ते खूब जलाल गुरु ग्रंथ दे दात्या दार तुरे गुरधाम गुरधाम आजाद कराउणा सिर दीनत दे सरदार तुरे गुरधाम जुल्म नारायणों कीते किंजरी चुप चपीते हुण जो बीते
ਰਕਬਾ ਤਲਵੰਡੀ ਜੂਦਾ ਜੋ ਮਲਿਆ ਮੰਤਰੀ ਜਾਛਾ ਨੇ ਹੁਣ ਹੋਰ ਪਵਿੱਤਰ ਹੋ ਜਾਊ ਇੱਥੇ ਲਹੂ ਚ ਤਰਨੀਆਂ ਲਾਛਾ ਨੇ ਹੁਣ ਹੋਰ ਦੇਸ਼ ਨੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬਾਬਾ ਜੀ ਦੇ ਅਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਭੈਣਾਂ ਵੱਲੋਂ ਮਾਲਕ ਭਾਵਨਾ ਪੂਰੀ ਕਰਨ, ਮੁਰਾਦਾਂ ਪੂਰੀਆਂ ਕਰਨ, ਬੱਚਿਆਂ ਨੂੰ ਵਿਦੇਸ਼ ਵਿੱਚ ਤੰਦਰੁਸਤੀ ਚੜ੍ਹਦੀ ਕਲਾ ਦੀਆਂ ਸਤਿਗੁਰੂ ਦਾਤਾਂ ਦੇ ਕੇ ਨਿਵਾਜਨ। ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸਰਹਾਲੀ ਸਾਹਿਬ ਵਾਲੇ, ਉਹਨਾਂ ਦੇ ਪਵਿੱਤਰ ਨਾਂ ਤੋਂ ਸਾਡੇ ਪਿਆਰੇ ਵੀਰ ਮੇਜਰ ਸਿੰਘ ਸਰਹਾਲੀ ਉਹਨਾਂ ਵੱਲੋਂ ਮਾਣ ਪਹੁੰਚਿਆ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੱਕ ਅਰਦਾਸ ਹੈ ਗੁਰਮੁਖਾਂ ਦੀ ਸਰਬੱਤ ਦੇ ਭਲੇ ਦੇ, ਮਾਇਆ ਭੇਜੀ ਹੈ ਭਾਵਨਾ ਦੇ ਨਾਲ ਸਾਰੀ ਸੰਗਤ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਬ੍ਰਹਮ ਗਿਆਨੀ ਮਾਣਯੋਗ ਜਥੇਦਾਰ ਬਾਬਾ ਰਾਮ ਸਿੰਘ ਜੀ ਸਿੰਘ ਸਾਹਿਬ, ਜਿਨ੍ਹਾਂ ਦੀ ਯਾਦ ਅੰਦਰ ਆਪਾਂ ਜੁੜੇ ਹਾਂ, ਗੁਰਮੁਖਾਂ ਵੱਲੋਂ ਪਿਆਰ ਹਾਜ਼ਰ ਹੈ। ਆਓ ਖਾਲਸਾ ਜੀ, ਮੈਂ ਅੱਗੇ ਵਧਾ, ਜਾਣਦਾ ਹਾਂ ਸਮਾਂ ਬਹੁਤ ਹੋ ਚੁੱਕਾ ਹੈ, ਸੁਬਹਾ ਦੇ ਬੈਠੇ ਹੋ, ਕੇਵਾਂ ਤੇ ਕੇਵਾਂ ਮੈਂ ਬੇਨਤੀ ਕਰਾਂਗਾ। ਜਿਹੜੀ ਮੈਂ ਗੱਲ ਕਰਨੀ ਹੈ ਇਹ ਸਾਡਾ ਇਤਿਹਾਸ ਹੈ ਔਰ ਉਸ ਸੱਚੀ ਪਵਿੱਤਰ ਕੁਰਬਾਨੀ ਤੇ ਹਕੀਕਤ ਦੇ ਨਾਲ ਮੈਂ ਤੁਹਾਨੂੰ ਜੋੜਨਾ ਚਾਹੁੰਦਾ। ਵਕਤ ਭਾਵੇਂ ਤੁਹਾਡਾ ਵੀ ਕੀਮਤੀ ਹੈ, ਪਰ ਮੈਂ ਬੇਨਤੀ ਕਰਾਂ ਜੇ ਕੋਈ ਖਾਸ ਰੁਝੇਵਾਂ ਉਹ ਬੰਦਾ ਜਾਏ ਔਰ ਐਵੇਂ ਕੋਈ ਉੱਠ ਕੇ ਦੀਵਾਨ ਵਿੱਚੋਂ ਨਾ ਜਾਏ, ਇਕਾਗਰਤਾ ਭੰਗ ਹੁੰਦੀ। ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ 20ਵੀਂ ਸਦੀ ਦੇ ਬੱਬਰ ਸ਼ੇਰ, ਉਹਨਾਂ ਦੇ ਪਵਿੱਤਰ ਨਾਂ ਤੋਂ ਵੀਰਾਂ ਵੱਲੋਂ 100 ਦਮੜਾ ਭੇਜਿਆ ਗਿਆ, ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਓ ਕੀਤੀ ਹੈ ਸੂਰਮੇ ਨੇ ਅਰਦਾਸ ਪਾ ਕੇ ਗੱਲ ਵਿੱਚ ਪੱਲਾ, ਬਾਬਾ ਲਛਮਣ ਸਿੰਘ ਧਾਰੋ ਵਾਲੀਆ ਕਹਿਣ ਲੱਗਾ, ਸੱਚਿਆ ਪਾਤਸ਼ਾਹ ਤੇਰੇ ਚਰਨਾਂ ਵਿੱਚ ਆ ਕੇ ਕੋਈ ਮਾਇਆ ਮੱਥਾ ਟੇਕਦਾ, ਅਮੀਰ ਸੋਨਾ ਤੇ ਜਾਂਦੇ, ਕੋਈ ਵਸਤਰ ਰੱਖ ਕੇ ਤੇਰੇ ਆਜਿਜ਼ ਬਣ ਕੇ ਦੁਆਰੇ ਤੇ ਅਰਦਾਸ ਕਰਦਾ ਹੈ। ਦਾਤਾ ਮੇਰੇ ਕੋਲੇ ਨਾ ਮਾਇਆ ਹੈ ਨਾ ਕੋਈ ਹੋਰ ਕੀਮਤੀ ਵਸਤੂ, ਮੇਰੇ ਕੋਲੋਂ ਸੱਚੇ ਪਾਤਸ਼ਾਹ ਕੇਵਲ ਤੇ ਕੇਵਲ ਮੇਰਾ ਸਿਰ ਹੈ। ਮੈਂ ਅਰਦਾਸ ਕਰਦਾ ਹਾਂ ਮੇਰਾ ਸਿਰ ਲੱਗੇ ਔਰ ਗੁਰੂ ਨਾਨਕ ਸਾਹਿਬ
सच्चे पातशाह महाराज का मुकद्दस पवित्र जन्म स्थान है ननकाणा साहब का गुरुद्वारा नारायण के पंजे विचों आजाद हो जाए। सूरमा जानता है जेडे राह तुर लगा है कुरबानी करनी पैनी है। देखो जेड़ा धर्म की खातर आपा निछावर करन दी हिम्मत रखता है वह किसी बंदगी वाली मां की कुख तो जन्म लैंदा है। बाबा जी तुरिया और जथा जिवें जिवें ननकाने नूं तुरिया जांदा है इहदा वड्डा हुंदा जांदा गिणती वधदी जांदी है। जदों पता लगता है ना वेखण वालियां नूं बंग के गभरूआं दा खून खौलदा है। शहर कहिंदा बेगैर ते रोज ने जन्म लैंदे ऐ पर जम दे मर्द जवान विरले गप्पा मार गवार हजार जांदे पूरे कौल करार निभाण विरले ओह जदों यार दे हथ तलवार होए पेंट सीस दी उदों चढ़ाण विरले अमर वसे परमात्मा दिल अंदर दीद पाउण लई धौण चकाण विरले। वेखो धर्म की खातर जिहड़े आपां वारदे आ ओह धर्मण मावां दी कुख नूं सफलियां बणाउंदे आ जिंदगी निछावर करके ओह जतन करदे आ कौम नूं नरोआ निगर ते नवां जीवन बख्शिश कीता जाए। सूरमे मैदान विच नितरदे आ बाबा जी दा काफला वड्डा हुंदा जांदा है। इतिहास ने मन्निया वी 200 सिंघां दा जथा लैके बाबा लक्ष्मण सिंह धारो वाली आ चंद्रकोट दी झाल ते अपड़ गया है। उत्थे दो जथे पहुंचे है एक बाबा करतार सिंह झबर दा और एक बाबा लक्ष्मण सिंह धारो वाली दा। कहिंदे मगरों वड्डे अकाली लीडरां दा सुनेहा चलिया गया मुंडियो मोर्चा आपां मार्च दे महीने लाउणा है तुसीं काली करगे कौम दा नुकसान होएगा। जथे पिछे नूं मोड़ लै जाण वेखो एक नाली लीडरां दा हुक्म वड्डा हुंदा है ते एक ना वास्ते गुरु दा हुक्म वड्डा हुंदा है। कहिंदे बाबा करतार सिंह झबर ते मुड़ पिया पिछे पर बाबा लक्ष्मण सिंह ने आख्या उह करतार सिंह है तेरे लिए अकाली लीडरां दा हुक्म वड्डा हो सकदा है मेरे लिए अरदास वड्डी है जिहड़ी मैं धन गुरु ग्रंथ साहिब महाराज दे मुकद्दस चरणां विच कर चुका मेरा सिर लगेगा जो वापरे झल लवांगा ननकाणे दी आजादी वास्ते। वेखो सिख अज वी मेरे वर्गे लखां ने अरदासां करके तोड़ दिंदे आ ते बाबा लक्ष्मण सिंह तों सबक लाओ ਉਹ ਪਿੱਛੇ ਨਹੀਂ ਪਰਤਿਆ ਭਾਵੇਂ ਇੱਕ ਕਾਫਲਾ ਉਹਦੇ ਨਾਲ ਤੁਰਿਆ ਹੋਇਆ ਉਹ ਵਾਪਸ ਪਰਤਣ ਦੀਆਂ ਤਿਆਰੀਆਂ ਕਰ ਚੁੱਕਾ ਹੈ। ਆ ਪਿੱਛੇ ਜੇ ਇੱਕ ਬੰਦੇ ਨੇ ਅਰਦਾਸ ਕੀਤੀ ਕਹਿੰਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਂ ਭੁੱਖ ਹੜਤਾਲ ਦਾ ਐਲਾਨ ਕਰਦਾ। ਕਹਿੰਦੇ ਰੋਟੀ ਛੱਡ ਦਿੱਤੀ ਔਰ ਉਹਨੇ ਭੁੱਖ ਹੜਤਾਲ ਪਤਾ ਕਿੱਥੇ ਰੱਖੀ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ। ਹੁਣ ਵੇਖੋ ਉਹਨੇ ਇੰਨਾ ਬੁੱਧੂ ਬਣਾਇਆ ਸਿੱਖ ਕੌਮ ਨੂੰ ਉਸ ਬੰਦੇ ਨੇ ਦੋ ਵਾਰੀ ਧੋਖਾ ਕੀਤਾ। ਜਦੋਂ ਗੁਰਦੁਆਰੇ ਦੇ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਹੈ ਨਾ ਤੇ ਚੁੱਪ ਕਰਕੇ ਬੁੱਕ ਵੱਡਾ ਸਾਰਾ ਖੋਲ੍ਹ ਕੇ ਪ੍ਰਸ਼ਾਦ ਲੈ ਲੈਂਦਾ ਤੇ ਖਾ ਲੈਂਦਾ ਤੇ ਕਹੀ ਜਾਂਦਾ ਜ਼ਬਾਨ ਤੋਂ ਵੀ ਮੈਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖੀ। ਹੁਣ ਬੰਦਾ ਨੂੰ ਪੁੱਛੇ ਵੀ ਦੇਸੀ ਘਿਓ ਦਾ ਬਣਿਆ ਹੋਵੇ ਕੜਾਹ ਤੇ ਬੁੱਕ ਮਿਲ ਜੇ ਸਵੇਰੇ ਤੇ ਇੱਕ ਬੁੱਕ ਮਿਲ ਜੇ ਤਕਾਲਾਂ ਨੂੰ ਤੇ ਪਾਣੀ ਪੀ ਲੈ ਬੰਦਾ ਰੱਜ ਕੇ ਮੈਨੂੰ ਦੱਸੋ ਵੀ ਰੋਟੀ ਦੀ ਲੋੜ ਰਹਿ ਜਾਂਦੀ ਹੈ। ਇਹ ਲੋਕ ਇਤਿਹਾਸ ਨੂੰ ਕਮਜ਼ੋਰ ਕਰ ਰਹੇ ਨੇ ਕਲੰਕਿਤ ਕਰ ਰਹੇ ਨੇ ਨਿੱਜੀ ਗਰਜਾਂ ਔਰ ਸ਼ੌਹਰਤਾਂ ਦੀ।